हेलो एवरीवन आई वेलकम यू ऑल ऑन माय चैनल एडुमस इन दिस वीडियो वी विल डिस्कस अबाउट द कंप्लीट स्ट्रेटजी ऑफ पंजाब पटवारी एग्जाम सो लेट्स स्टार्ट द वीडियो सो पैटर्न इस तरह है कि डिस्ट्रीब्यूशन है वो इस तरह है कि जनरल नॉलेज करंट अफेयर ਦੇ ਵਿੱਚ ਤੁਹਾਨੂੰ 20 मार्क्स ਮਿਲਣਗੇ ਮੈਂਟਲ ਅਬਿਲਿਟੀ ਤੇ ਤੁਹਾਨੂੰ 15 मार्क्स ਮਿਲਣਗੇ ਕਵਾਂਟਿਟੇਟਿਵ ਅਬਿਲਿਟੀ ਦੇ ਤੁਹਾਨੂੰ 30 ਮਾਰਕਸ ਮਿਲਣਗੇ ਲੈਂਗੁਏਜ ਦੇ 20 ਇਨਫੋਰਮੇਸ਼ਨ ਟੈਕਨੋਲੋਜੀ ਦੇ 15 ਐਗਰੀਕਲਚਰ ਦੇ 10 ਐਂਡ ਪੰਜਾਬ ਹਿਸਟਰੀ ਐਂਡ ਕਲਚਰ ਦੇ 10 ਸੋ ਤੁਸੀਂ ਦੇਖ ਸਕਦੇ ਹੋ ਕਿ ਕਵਾਂਟਿਟੇਟਿਵ ਅਬਿਲਿਟੀ ਦੇ ਸਭ ਤੋਂ ਸਭ ਤੋਂ ਜ਼ਿਆਦਾ ਮਾਰਕਸ ਨੇ 30 ਓਕੇ ਸੋ ਇਹਦੇ ਵਿੱਚ ਕੀ ਹੈ ਕਿ ਤੁਸੀਂ ਇਸ ਟਾਪਿਕ ਨੂੰ ਬਹੁਤ ਚੰਗੀ ਤਰ੍ਹਾਂ ਪ੍ਰਿਪੇਅਰ ਕਰਕੇ ਜਾਣਾ ਹੈ ਸੋ ਸਾਡੀ ਸਭ ਤੋਂ ਜਿਹੜੀ ਲਿਸਟ ਦੇ ਵਿੱਚ ਸਭ ਤੋਂ ਉੱਪਰ ਜਿਹਦਾ ਅ ਨੰਬਰ ਆਣਾ ਚਾਹੀਦਾ ਹੈ ਉਹ ਕੁਆਂਟਿਟੇਟਿਵ ਅਬਿਲਿਟੀ ਦਾ ਔਰ ਇਸ ਨੂੰ ਸੋਲਵ ਕਰਨ ਦੇ ਵਿੱਚ ਵੀ ਟਾਈਮ ਲੱਗਦਾ ਹੈ ਕਿਉਂਕਿ ਮੈਥ ਦਾ ਸਬਦਾ ਚੰਗਾ ਨਹੀਂ ਹੁੰਦਾ ਸੋ ਇਸ ਲਈ ਮੈਥ ਨੂੰ ਪ੍ਰੈਕਟਿਸ ਕਰਨ ਦੇ ਵਿੱਚ ਟਾਈਮ ਵੀ ਲੱਗਦਾ ਹੈ ਅਗਰ ਕੋਈ ਕਨਸੈਪਟ ਸਮਝ ਨਹੀਂ ਆ ਰਿਹਾ ਤਾਂ ਉਹਨੂੰ ਅਗਰ ਅਸੀਂ ਅੱਜ ਤੋਂ ਸਮਝਣਾ ਸ਼ੁਰੂ ਕਰਾਂਗੇ ਤਾਂ ਬਰਡਨ ਲਾਸਟ ਦੇ ਵਿੱਚ ਸਾਨੂੰ ਘੱਟ ਹੋਏਗਾ ਇਸ ਲਈ ਇਹਦੀ ਆਪਾਂ ਇੱਕ ਟੌਪਿਕ ਜਿਵੇਂ ਚੱਕ ਲੈਣਾ ਲੈਟਸ ਪੋਜ਼ ਅ ਪ੍ਰੋਫਿਟ ਐਂਡ ਲਾਸਟ ਚੱਕ ਲਿਆ ਉਹਦੇ ਉੱਤੇ YouTube ਦੇ ਉੱਤੇ ਬਹੁਤ ਸਾਰੇ ਵੀਡੀਓਜ਼ ਹੋਣਗੇ ਆਪਾਂ ਉਹਨੂੰ ਐਕਸਪਲੋਰ ਕਰਾਂਗੇ ਤੇ ਉਹਨੂੰ ਕੁਐਸ਼ਨਸ ਨੂੰ ਲਗਾਵਾਂਗੇ then ਅਗਲੇ ਦਿਨ ਉਹਦੀ ਪ੍ਰੈਕਟਿਸ ਕਰੋ ਠੀਕ ਹੈ ਜਿਵੇਂ ਦੋ ਦਿਨ ਤੁਸੀਂ ਉਹਨੂੰ ਸਮਝਣਦੇ ਅਗਰ ਲਗਾਣੇ ਹੋ ਜਿਹੜਾ ਕਿ ਨਵਾਂ ਬੱਚਾ ਮੰਨ ਲਓ ਥੋੜਾ ਮੈਥ ਦੇ ਵਿੱਚ ਵੀਕ ਆ ਦੋ ਦਿਨ ਉਹਨੂੰ ਸਮਝਣ ਚਲਾਏਗਾ ਤਾਂ ਇੱਕ ਦਿਨ ਉਹਦੀ ਪ੍ਰੈਕਟਿਸ ਕਰੇਗਾ then ਹੀ ਉਹ ਅਗਲਾ ਮੈਥ ਦਾ ਟੋਪਿਕ ਚੱਕੇ ਕਲੀਅਰ then ਇਸੇ ਤਰ੍ਹਾਂ 멘ਟਲ ਅਬਿਲਿਟੀ ਜਿਹੜੀ ਹੈ ਉਹਨੂੰ ਵੀ ਇਹ ਵੀ ਸਮਝ ਪੂਝ ਵਾਲਾ ਕੰਮ ਹੈ ਇਹਨੂੰ ਜਿੰਨਾ ਸੋਲਵ ਕਰਾਂਗੇ ਉਨਾ ਹੀ ਸਾਨੂੰ ਆਏਗਾ ਸੋ ਅਸੀਂ ਇਹਨੂੰ ਵੀ ਇਦਾਂ ਹੀ ਕਰਾਂਗੇ ਕਿ ਅਸੀਂ ਇਹਦਾ ਇੱਕ ਇੱਕ ਟੋਪਿਕ ਚੱਕਾਂਗੇ ਠੀਕ ਹੈ ਜਿਵੇਂ ਕਿ ਅਸੀਂ ਪਹਿਲਾਂ ਬਲੱਡ ਰਿਲੇਸ਼ਨ ਇੱਕ ਚੱਕ ਲਿਆ ਟੌਪਿਕ ਇਹ ਵੀ ਤੁਹਾਨੂੰ ਹਰ ਇੱਕ YouTube ਚੈਨਲ ਦੇ ਉੱਤੇ ਮੋਸਟਲੀ ਜਿਹੜੇ ਵੀ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਾਉਂਦੇ ਨੇ ਉੱਥੇ ਪਏ ਉਹਨਾਂ ਦੇ ਚੈਨਲ ਤੇ ਇਹ ਪਿਆ ਹੁੰਦਾ ਜਿਵੇਂ ਬਲੱਡ ਰਿਲੇਸ਼ਨ ਰੈਂਕਿੰਗ ਕੈਲੰਡਰ ਔਰ ਅਲਫਾਨੂਮੈਰਿਕ ਸੀਰੀਜ਼ ਇਹ ਸਭ ਉੱਥੇ ਉਹਨਾਂ ਦੇ ਪਿਆ ਹੁੰਦਾ ਹੈ ਸਾਰਾ ਮਟੀਰੀਅਲ ਉਹਨਾਂ ਨੇ ਪ੍ਰੋਵਾਈਡ ਕਰਾਇਆ ਹੁੰਦਾ ਤਾਂ ਤੁਸੀਂ ਪ੍ਰੈਕਟਿਸ ਤਾਂ ਦੇਖੋ ਉੱਥੋਂ ਹੀ ਕਰ ਸਕਦੇ ਹੋ ਠੀਕ ਹੈ ਸੋ ਪ੍ਰੈਕਟਿਸ ਤੁਸੀਂ ਸਟਾਰਟ ਕਰ ਦੇਣੀ ਹੈ ਆਪਣੀ ਜਿਵੇਂ ਕਿ ਤੁਸੀਂ ਮੰਨ ਲਓ ਇੱਕ ਇੱਕ ਘੰਟਾ ਇਹਨਾਂ ਦੋਨਾਂ ਸਬਜੈਕਟਸ ਨੂੰ ਦੇਣਾ ਅੱਜ ਦੇ ਡੇਟ ਤੋਂ ਹੀ ਸਟਾਰਟ ਕਰਨਾ ਜ਼ਰੂਰੀ ਹੈ ਬਿਕੋਜ਼ ਇਹ ਲੌਂਗ ਟਰਮ ਸਬਜੈਕਟਸ ਨੇ ਔਰ ਇਹਨਾਂ ਲਈ ਪ੍ਰੈਕਟਿਸ ਬਹੁਤ ਜ਼ਰੂਰੀ ਹੈ ਰੱਟੇ ਵਾਲੇ ਟੌਪਿਕ ਤਾਂ ਹੈ ਨਹੀਂ ਸੋ ਤੁਹਾਨੂੰ ਇਹਨਾਂ ਸਮਝਣ ਦੇ ਲਈ ਅੱਜ ਤੋਂ ਹੀ ਦੀ ਪ੍ਰੈਕਟਿਸ ਕਰਨੀ ਪੈਗੀ ਜੇ ਤੁਸੀਂ ਇਹਨੂੰ ਅੱਜ ਨਹੀਂ 1 ਘੰਟਾ ਦੇ ਪਾ ਰਹੇ ਹੋ ਤਾਂ ਇਹਨੂੰ ਅੱਜ ਅੱਧਾ ਘੰਟਾ ਦੋ ਫੇ ਕੱਲ ਘੰਟਾ ਲਾਓ ਇਸ ਤਰ੍ਹਾਂ ਤੁਹਾਡੀ ਇਹ ਪ੍ਰੈਕਟਿਸ ਚੱਲੀ ਚੈਦੀ ਤੇ ਇਹਦੇ ਕੁਐਸਚਨ ਸੋਲਵ ਕਰਨੇ ਤੁਹਾਨੂੰ ਐਂਡ ਦੇ ਵਿੱਚ ਬਹੁਤ ਜ਼ਰੂਰੀ ਨੇ ਇਸ ਤਰ੍ਹਾਂ ਤੁਸੀਂ ਇਹਨਾਂ ਦੋਨਾਂ ਟੌਪਿਕਸ ਦੀ ਤਿਆਰੀ ਕਰ ਸਕਦੇ ਹੋ ਤੇ ਜੇ ਤੁਸੀਂ YouTube ਤੋਂ ਤਿਆਰੀ ਕਰਦੇ ਹੋ ਤਾਂ ਆਬਵੀਅਸਲੀ ਤੁਹਾਡੇ ਐਗਜ਼ਾਮ ओरिएंटेड ਕੁਐਸਚਨ ਹੀ ਉਹ ਕਰਵਾਉਂਦੇ ਨੇ ਜਿਨ੍ਹਾਂ ਦੀ ਬੈਸਟ ਵੀਡੀਓ ਹੋਏਗੀ ਉਹ ਤੁਹਾਨੂੰ ਅੱਗੇ ਸ਼ੋ ਹੋ ਜਾਏਗੀ ਤੇ ਤੁਸੀਂ ਉੱਥੋਂ ਦੀ ਪ੍ਰੈਕਟਿਸ ਕਰ ਲੈਣਾ ਬਾਕੀ ਜੇ ਤੁਸੀਂ ਬੁੱਕ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੱਸੀ ਹੈ ਐਸ ਕੇ ਅਗਰਵਾਲ ਦੀ ਬੁੱਕ ਤੁਸੀਂ ਲੈ ਸਕਦੇ ਹੋ ਠੀਕ ਹੈ ਦੋਨਾਂ ਦੀ ਹੀ ਦੋਨਾਂ ਦੇ ਲਈ ਦਨ ਜਿਹੜਾ ਮੇਜਰ ਪਾਰਟ ਕਵਰ ਕਰਦਾ ਹੈ ਸਾਡੇ ਸਬਜੈਕਟ ਦੇ ਵਿੱਚ ਸਿਲੇਬਸ ਦੇ ਵਿੱਚ ਉਹ ਹੈ ਕਿ ਜਰ ਪੰਜਾਬ ਪੰਜਾਬ ਦੀ ਜੀਕੇ ਪੰਜਾਬ ਦਾ ਕਲਚਰ ਇਹ ਦੇਖੋ ਜਦੋਂ ਤੁਸੀਂ ਪੰਜਾਬ ਦੀ ਜੀਕੇ ਔਰ ਕਰੰਟ ਅਫੇਅਰ ਕਰੋਗੇ ਜਦੋਂ ਤੁਸੀਂ ਪੰਜਾਬ ਦਾ ਕਲਚਰ ਜਿਹੜਾ ਕਿ ਸਾਡਾ ਲਾਸਟ ਸੈਕਸ਼ਨ ਹੈ ਜਿਵੇਂ ਕਿ ਦੇਖੋ ਪੰਜਾਬ ਹਿਸਟਰੀ ਐਂਡ ਕਲਚਰ ਜੇ ਤੁਸੀਂ ਇਹ ਕਰੋਗੇ ਠੀਕ ਹੈ ਇਹਦੇ ਵਿੱਚ ਦੇਖੋ ਤੁਸੀਂ ਪੜੋਗੇ ਬ੍ਰਿਟਿਸ਼ ਪੀਰੀਅਡ ਸਿੱਖ ਰੂਲਰਸ ਲੋਧੀ ਐਂਡ ਮੁਗਲਸ ਸੂਫੀ ਸੰਤ ਗੁਰੂ ਨੈਸ਼ਨਲ ਮੂਵਮੈਂਟ ਇਨ ਪੰਜਾਬ ਪੰਜਾਬ ਇਨ ਇੰਡੀਪੈਂਡੈਂਟ ਇੰਡੀਆ ਮੇਜਰ ਪਰਸਨੈਲਿਟੀਜ਼ ਇਨ ਹਿਸਟਰੀ ਆਫ ਪੰਜਾਬ ਪੰਜਾਬੀ ਲਿਟਰੇਚਰ ਫੋਕਲੋਰ ਪਰਫਾਰਮਿੰਗ ਆਰਟਸ ਐਂਡ ਕraft ਇਹਦੇ ਲਈ ਤੁਹਾਨੂੰ ਮੈਂ ਬੁੱਕ ਦੱਸੀ ਹੈ ਮਨੀਸ਼ ਜਿੰਦਲ ਦੀ ਠੀਕ ਹੈ ਨਾ ਸਾਡਾ ਪੰਜਾਬ ਤੇ ਤੁਸੀਂ ਇਹ ਜਦੋਂ ਇਸ ਨੂੰ ਪੜੋਗੇ ਨਾ ਉਸ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਸਟਾਰਟ ਕਰਨਾ ਕਿ ਤੁਸੀਂ ਪੰਜਾਬ ਦੀ ਜਿਹੜੀ ਜੀਕੇ ਹੈ ਤੁਹਾਡੀ ਆਲਮੋਸਟ ਕਵਰ ਉਹਦੇ ਵਿੱਚ ਹੀ ਹੋ ਜਾਏਗੀ ਠੀਕ ਹੈ ਆਲਮੋਸਟ ਬਾਕੀ ਉਹਦੇ ਵਿੱਚ ਤੁਸੀਂ ਪੰਜਾਬ ਦੀ ਡੈਮੋਗ੍ਰਾਫੀ ਜਦੋਂ ਤੁਸੀਂ ਕੋਈ ਵੀ ਟੌਪਿਕ ਜਿਵੇਂ ਤੁਸੀਂ ਡੈਮੋਗ੍ਰਾਫੀ ਦਾ ਟੌਪਿਕ ਪੜ੍ਹੋਗੇ ਉਹਦੇ ਵਿੱਚ ਤੁਸੀਂ ਪੰਜਾਬ ਦੀ ਜਿਹੜੀ ਡੈਮੋਗ੍ਰਾਫੀ ਹੈ ਪੰਜਾਬ ਦਾ ਉਹਦੇ ਵਿੱਚ ਕੀ ਰੋਲ ਹੈ ਉਹਦੇ ਜਦੋਂ ਵੀ ਤੁਸੀਂ ਇੰਡੀਆ ਦੇ ਬਾਰੇ ਕੁਝ ਪੜ੍ਹੋਗੇ ਉਹਦੇ ਵਿੱਚ ਪੰਜਾਬ ਦਾ ਕੀ ਰੋਲ ਹੈ ਇਹ ਤੁਸੀਂ ਲੈ ਕੇ ਚੱਲਣਾ ਹੈ ਕਿ ਪੰਜਾਬ ਦਾ ਕੀ ਰੋਲ ਹੈ ਉਸ ਦੇ ਵਿੱਚ ਠੀਕ ਹੈ ਪੰਜਾਬ ਦੀ ਕੀ ਰੈਂਕਿੰਗ ਹੈ ਉਸ ਜਗ੍ਹਾ 'ਤੇ ਕੋਈ ਖੇਡਾਂ ਹੋ ਰਹੀਆਂ ਨੇ ਪੱਦਰ ਤੇ ਸ਼ਈ ਪੱਦਰ ਤੇ ਪੰਜਾਬ ਦਾ ਕੀ ਰੈਂਕ ਹੈ ਕਿ ਪੰਜਾਬ ਨੇ ਕੋਈ ਸਥਾਨ ਲਿਆ ਠੀਕ ਹੈ ਅਗਰ ਉਹ ਕਿਸੇ ਸੈਕਟਰ ਦੇ ਵਿੱਚ ਅੱਗੇ ਜਾ ਰਿਹਾ ਹੈ ਕੋਈ ਉਪਜ ਪੰਜਾਬ 'ਚ ਜ਼ਿਆਦਾ ਹੁੰਦੀ ਹੈ ਤਾਂ ਉਹ ਕਿਹੜੀ ਹੈ ਠੀਕ ਹੈ ਇਸ ਤਰ੍ਹਾਂ ਤੇ ਇਹਦੇ ਵਿੱਚ ਤੁਸੀਂ ਦੇਖ ਲਓ ਫੰਡਾਮੈਂਟਲ ਰਾਈਟਸ ਐਂਡ ਡਿਊਟੀਆਂ ਆਫ ਸਿਟੀਜ਼ਨ ਦੋ ਤਿੰਨ ਵਾਰ ਪੜ੍ਹੋਗੇ ਤੁਹਾਨੂੰ ਐਵੇਂ ਯਾਦ ਹੋ ਜਾਣਾ ਕਿਉਂਕਿ ਅਸੀਂ ਇਹਨੂੰ 10th ਦੇ ਵਿੱਚ ਵੀ ਪੜਿਆ ਹੁੰਦਾ ਹੈ ਹੋਰ ਅਗਰ ਕੋਈ ਬੀਏ ਵਗੈਰਾ ਦੀ ਤਿਆਰੀ ਕਰ ਰਿਹਾ ਹੈ ਉਹਦੇ ਵਿੱਚ ਵੀ ਤੁਹਾਨੂੰ ਪੋਲਿਟੀਕਲ ਦੇ ਵਿੱਚ ਆਉਂਦਾ ਹੈ ਠੀਕ ਹੈ ਤੇ ਇਹ ਪਤਾ ਹੈ ਕਿ ਇੰਡੀਆ ਐਂਡ ਪੰਜਾਬ ਨਾ ਲੈਜ ਲਈ ਕਨਸਟੀਟਿਊਸ਼ਨ ਮਿਨਿਸਟ੍ਰੇਟਿਵ ਲਾ ਠੀਕ ਹੈ ਇਸ ਦੇ ਫੀਚਰਸ ਸੋਸ਼ਲ ਡਵੈਲਪਮੈਂਟ ਪੋਵਰਟੀ ਐਂਡ ਐਲੀਵੇਸ਼ਨ ਸਿਨੇਮਾ ਐਂਡ ਲਿਟਰੇਚਰ ਸੋ ਕਰੰਟ ਅਫੇਅਰ ਤੁਸੀਂ ਪਿਛਲੇ 6 ਮਹੀਨੇ ਤੱਕ ਦੀ ਤੁਸੀਂ ਜਿਹੜਾ ਵੀ YouTube ਚੈਨਲ ਦੇਖਦੇ ਹੋ ਉਹਦੇ ਵਿੱਚ ਅਗਰ ਤੁਸੀਂ ਪਟਵਾਰੀ ਦੇ ਐਗਜ਼ਾਮ ਦੇ ਚੈਨਲ ਲੱਭੋਗੇ ਉਹਨਾਂ 'ਚ ਉਹ ਕੋਈ ਨਾ ਕੋਈ ਚੈਨਲ ਜ਼ਰੂਰ ਤੁਹਾਨੂੰ ਪੰਜਾਬ ਦੀ ਜੀਕੇ ਕਰਵਾ ਰਿਹਾ ਹੋਵੇਗਾ ਉਹਨਾਂ ਤੋਂ ਤੁਸੀਂ ਹੈਲਪ ਲੈ ਕੇ ਪਿਛਲੇ 6 ਮਹੀਨਿਆਂ ਤੱਕ ਦੀ ਜੀਕੇ ਉਧਰੋਂ ਤੇ ਪਲੱਸ ਆਪਣੀ ਜਿਹੜੀ ਇੰਡੀਆ ਦੀ ਜੀਕੇ ਹੈ ਇਹਨਾਂ ਦੋਨਾਂ ਨੂੰ ਕੰਬਾਈਨ ਕਰਕੇ ਜਦੋਂ ਪੜੋਗੇ ਤੁਹਾਡਾ ਇਹ ਟੋਪਿਕ ਬਹੁਤ ਚੰਗੀ ਤਰ੍ਹਾਂ ਕਵਰ ਹੋ ਜਾਏਗਾ ਠੀਕ ਹੈ ਪਿਛਲੇ 6 ਮਹੀਨਿਆਂ ਦੀ ਸਿਰਫ ਤੁਹਾਨੂੰ ਕਰੰਟ ਅਫੇਅਰ ਦੀ ਪੜ੍ਹਨੀ ਹੈ ਬਾਲਾ ਪਿੱਛੇ ਜਾਂਦੇ ਲੋੜ ਨਹੀਂ ਠੀਕ ਹੈ ਨਾ ਥੈਨ ਅਸੀਂ ਗੱਲ ਕਰਾਂਗੇ ਕਿ ਜਦੋਂ ਤੁਸੀਂ ਆਪਣੀ ਜਰਨਲ ਨੋਲਿਜ ਅਵੇਅਰਨੈਸ ਨੂੰ ਇਸ ਤਰ੍ਹਾਂ ਟੌਪਿਕਸ ਡਿਵਾਈਡ ਕਰ ਕਰਕੇ ਪੜੋਗੇ ਨਾ ਜਿਵੇਂ ਇਵੈਂਟਸ ਪੜ ਲੈਣਾ ਸਾਰੇ ਪਿਛਲੇ ਜਿਵੇਂ ਕੀ ਆਪਣਾ ਪੇਪਰ ਮੰਨ ਲਓ ਜੂਨ ਦੇ ਵਿੱਚ ਹੁੰਦਾ ਤਾਂ ਤੁਸੀਂ ਜਨਵਰੀ ਤੋਂ ਜੂਨ ਤੱਕ ਦੀ ਸਾਰੀ ਇੰਪੋਰਟੈਂਟਸ ਇਵੈਂਟਸ ਨੂੰ ਪੜ੍ਹ ਲੈਣਾ ਹੈ ਔਰ ਜਿਹੜੇ ਵੀ ਗ੍ਰੇਟ ਪਰਸਨੈਲਿਟੀਆਂ ਹੋਈਆਂ ਨੇ ਸਿਨੇਮਾ ਹੋ ਗਿਆ ਲਿਟਰੇਚਰ ਹੋ ਗਿਆ ਸਪੋਰਟਸ ਜਿਹੜੀ ਵੀ ਖੇਡਾਂ ਹੋ ਰਹੀਆਂ ਨੇ ਉਹਨਾਂ ਬਾਰੇ ਕੁਝ ਨਵਾਂ ਲਾਅ ਬਣ ਰਿਹਾ ਉਹਦੇ ਬਾਰੇ ਸਟੇਟਸ ਸੈਂਟਰ ਦੇ ਰਿਲੇਸ਼ਨ ਤਾਂ ਬਹੁਤ ਇੰਪੋਰਟੈਂਟ ਹੈ ਕਿਉਂਕਿ ਜਿਹੜਾ ਆਪਣਾ ਕਿਸਾਨ ਅੰਦੋਲਨ ਚੱਲ ਰਿਹਾ ਉਸ ਦੇ ਕਰਕੇ ਇਹਦਾ ਦੇ ਕੁਐਸਚਨ ਤੁਹਾਨੂੰ ਜ਼ਰੂਰ ਜ਼ਰੂਰ ਆਣਗੇ ਠੀਕ ਹੈ ਨਾ ਨੈਕਸਟ ਲੈਂਗੁਏਜ ਦੀ ਅਗਰ ਗੱਲ ਕਰੀਏ ਤਾਂ ਲੈਂਗੁਏਜ ਵਿੱਚ ਤੁਹਾਨੂੰ ਮੈਂ ਜਿਵੇਂ ਦੱਸਿਆ ਹੈ ਕਿ ਤੁਸੀਂ 9th 10th ਦੀ ਬੁੱਕਸ ਨੂੰ ਪ੍ਰੇਫਰ ਕਰੋਗੇ ਠੀਕ ਹੈ ਨਾ ਤੁਸੀਂ SCERT ਕਿਉਂਕਿ ਪੰਜਾਬ ਦਾ ਹੈ ਤੇ SCERT ਔਰ ਔਰ ਆਪਣੀ NCERT ਹੈ ਨਾ ਇਹਨਾਂ ਨੂੰ ਇਹਨਾਂ ਦੇ ਵਿੱਚੋਂ ਜੋ ਵੀ ਹੁੰਦਾ ਹੈ ਤੁਸੀਂ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਹੈ ਤੇ ਜਿਵੇਂ ਕਿ ਤੁਸੀਂ ਬੇਸਿਕ ਗ੍ਰਾਮਰ ਪੂਰੀ ਨਾਉਨ ਪ੍ਰੋਨਾਉਨ ਪਾਰਟਸ ਆਫ ਸਪੀਚ ਕੀ ਹੁੰਦੇ ਨੇ ਐਡਜੈਕਟਿਵ ਐਡਵਰਬ ਸਬਜੈਕਟ ਐਂਡ ਵਰਬ ਦਾ ਕੀ ਰੋਲ ਹੁੰਦਾ ਹੈ synonyms antonyms ਦਾ ਤੁਸੀਂ ਕਰਕੇ ਜਾਉਂਗੇ ਵਰਡ ਐਂਡ ਸਬਸਟੀਟਿਊਸ਼ਨ ਫਿਲਿੰਗ ਦੀ ਬਲੈਂਕਸ ਫਿਲਿੰਗ ਦੀ ਬਲੈਂਕਸ ਦੇ ਵਿੱਚ ਦੇਖੋ ਵਿੱਚ ਸਾਰਾ ਕੁਝ ਆ ਜਾਂਦਾ ਹੈ ਇਹਦੇ ਵਿੱਚ ਨਾਉਨ ਪ੍ਰੋਨਾਉਨ ਅਡਜੈਕਟਿਵ ਐਡਵਰਬ ਇਹਦੇ ਵਿੱਚ ਤੁਹਾਨੂੰ ਕੁਝ ਵੀ ਕਿਸੇ ਵੀ ਤਰ੍ਹਾਂ ਵਾਇਸ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਪੁੱਛ ਸਕਦਾ ਹੈ ਠੀਕ ਹੈ ਨਾ ਡਾਇਰੈਕਟ ਇੰਡਾਇਰੈਕਟ ਸਪੀਚ ਐਕਟਿਵ ਪੈਸਿਵ ਕਰੈਕਸ਼ਨ ਇਜ਼ਨਟੈਂਜਰ ਸਿੰਗੂਲਰ ਪਲੂਰਲ ਇਡੀਅਮ ਰੀਡਿੰਗ ਕੰਪਰੀਹੈਂਸ਼ਨ ਸਪੈਲ ਚੈਕ ਇਹਦੇ ਵਿੱਚ ਜਿਹੜਾ ਟੌਪਿਕ ਤੁਸੀਂ ਅੱਜ ਤੋਂ ਹੀ ਤਿਆਰ ਕਰਨਾ ਹੈ ਉਹ ਹੈ ਰੀਡਿੰਗ ਕੰਪਰੀਹੈਂਸ਼ਨ ਇਹਨੂੰ ਟਾਈਮ ਦੇਣਾ ਜ਼ਰੂਰੀ ਹੈ ਫ੍ਰੀ ਦੇ ਸਾਰੇ ਬੱਚੇ ਨੂੰ ਇਗਨੋਰ ਕਰ ਦੇਣੀ ਹੈ ਬਟ ਨੋ ਡਾਊਟ ਇਟ ਇਜ਼ ਵੈਰੀ ਇੰਪੋਰਟੈਂਟ ਟਾਪਿਕ ਐਂਡ ਯੂ ਹੈਵ ਟੂ ਪ੍ਰੇਪੇਅਰ ਵੈਲ ਵੈਰੀ ਵੈਲ ਫॉर ਅ ਵੈਰੀ ਵੈਲ ਫॉर ਥਿਸ ਟਾਪਿਕ ਐਟਲੀਸਟ ਤੋ ਇਹਦੇ ਲਈ ਤੁਸੀਂ ਅੱਜ ਪਹਿਲੇ ਤਾਂ ਤੁਸੀਂ 4-5 ਦਿਨ ਆਪਣੇ ਰੀਡਿੰਗ ਤੇ ਲਗਾਓ ਕਿ ਤੁਸੀਂ ਰੀਡਿੰਗ ਨੂੰ ਆਪਣੀ ਕਿੱਦਾਂ ਇੰਪਰੂਵ ਕਰ ਸਕਦੇ ਹੋ ਠੀਕ ਹੈ ਕੋਈ ਵੀ ਨਿਊਜ਼ਪੇਪਰ ਜਾਂ ਕੁਝ ਵੀ ਪੜੋ ਠੀਕ ਹੈ ਦੈਨ ਉਸ ਤੋਂ ਬਾਅਦ ਤੁਸੀਂ ਕੋਈ ਵੀ ਚਾਹੇ ਪ੍ਰੀਵੀਅਸ ਕਿਸੇ ਵੀ ਐਗਜ਼ਾਮ ਦੇ ਉਹਨਾਂ ਨੂੰ ਨਾ ਰੀਡਿੰਗ ਕੰਪਰੀਹੈਂਸ਼ਨ ਨੂੰ ਤੁਸੀਂ ਸੋਲਵ ਕਰ ਕਰਕੇ ਦੇਖੋ ਭਾਵੇਂ ਇਸੇ ਐਗਜ਼ਾਮ ਦੇ ਦੇਖ ਲਈ ਜੇ ਹੁੰਦੇ ਤਾਂ ਤਾਂ ਤੁਸੀਂ ਸੋਲਵ ਕਰ ਕਰਕੇ ਇੱਕ ਇੱਕ ਪੈਰਾ ਲਗਾ ਕੇ ਜਿਵੇਂ ਦੋ ਆਲਟਰਨੇਟਿਵ ਡੇਸ ਲਗਾ ਲਓ ਜਿਵੇਂ ਅੱਜ ਲਾ ਲਿਆ ਪਰਸੋਂ ਲਾ ਲਿਆ ਫਿਰ ਅਗਲਾ ਦਿਨ ਛੱਡ ਕੇ ਫਿਰ ਇੱਕ ਦਿਨ ਲਾ ਲਿਆ ਇਦਾਂ ਜਿਵੇਂ ਹਫ਼ਤੇ 'ਚ ਤਿੰਨ ਵਾਰ ਤੁਸੀਂ ਰੀਡਿੰਗ ਕੰਪਰੀਹੈਂਸ਼ਨ ਸੋਲਵ ਕਰ ਕਰਕੇ ਦੇਖੋ ਉਹਦਾ ਤਰੀਕਾ ਜੇ ਤੁਸੀਂ ਚਾਹੋਗੇ ਤਾਂ ਮੈਂ ਤੁਹਾਨੂੰ ਜ਼ਰੂਰ ਸ਼ੇਅਰ ਕਰੂੰਗੀ ਜੇ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਦੱਸਣਾ ਠੀਕ ਹੈ ਔਰ ਤੁਹਾਨੂੰ ਗ੍ਰਾਮਰ ਦੇ ਟੌਪਿਕਸ ਵੀ ਹਰ YouTube ਚੈਨਲ 'ਤੇ ਆਲਮੋਸਟ ਮਿਲ ਜਾਣਗੇ ਤੁਸੀਂ ਉੱਥੋਂ ਦੀ ਕਰ ਸਕਦੇ ਹੋ ਠੀਕ ਹੈ ਬਾਕੀ ਤੁਹਾਨੂੰ 9th ਔਰ 10th ਦੀ ਬੁੱਕਸ 'ਚ ਬਹੁਤ ਹੈਲਪ ਮਿਲੇਗੀ ਇਹਦੇ ਲਈ ਔਰ ਪੰਜਾਬੀ ਦੇ ਵਿੱਚ ਤੁਸੀਂ ਆਪਣਾ ਜਿਵੇਂ ਕੀ ਤੁਸੀਂ ਕਰ ਸਕਦੇ ਹੋ ਪੰਜਾਬੀ ਦੇ ਵਿੱਚ ਸਾਨੂੰ ਉਹੀ ਨਾਂ ਪੜਨਾ ਹਨਾ ਸ਼ਬਦ ਕੀ ਹੁੰਦੇ ਨੇ ਔਰ ਨਾਂ ਪੜਨਾ ਹੋ ਗਿਆ ਉਹਨਾਂ ਦੀ ਪੇਧ ਜਿਵੇਂ ਔਰ ਤਾਂ ਹੋਰ ਕੀ ਕਰ ਸਕਦੇ ਹੋ ਤੁਸੀਂ ਹੋਰ ਤੁਸੀਂ ਭਾਸ਼ਾਵਾਂ ਜੁੜੀਆਂ ਹੁੰਦੀਆਂ ਨੇ ਆਪਣੀਆਂ ਕੀ ਮਲਵਈ ਕਿਹੜੇ ਖੇਤਰ ਵਿੱਚ ਬੋਲੀ ਜਾਂਦੀ ਹੈ ਦੁਆਬਾ ਕਿੱਧਰ ਬੋਲੀ ਜਾਂਦੀ ਹੈ ਮਾਝੀ ਕਿਹੜੇ ਖੇਤਰ ਵਿੱਚ ਬੋਲੀ ਜਾਂਦੀ ਹੈ ਇਸ ਤਰ੍ਹਾਂ ਦੇ ਟੌਪਿਕ ਔਰ ਉਹਦੇ ਵਿੱਚ ਵੀ ਜਿਹੜੇ ਬਹੁਤੇ ਸ਼ਬਦਾਂ ਦੇ ਇੱਕ ਸ਼ਬਦ ਹੋ ਗਏ ਬਹੁਤੇ ਸ਼ਬਦਾਂ ਦੇ ਥਾਂ ਇੱਕ ਸ਼ਬਦ ਹੋ ਗਏ ਤੇ ਸ਼ੁੱਧ-ਸ਼ੁੱਧ ਜੇ ਤੁਹਾਨੂੰ ਉਹਨਾਂ ਨੇ ਇਸ ਤਰ੍ਹਾਂ ਦੇ ਕੁਐਸਚਨ ਵੀ ਪੁੱਛ ਸਕਦੇ ਨੇ ਪੇਧ ਉਹਨਾਂ ਦੀ ਡੈਫੀਨੇਸ਼ਨ ਦੇ ਵਿੱਚੋਂ ਥੋੜਾ ਪੁੱਛ ਲੈਣਗੇ ਸ਼ਬਦ ਕੀ ਹੁੰਦਾ ਸ਼ਬਦੀ ਬੰਤਰ ਕੀ ਹੁੰਦੀ ਹੈ ਇਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਜ਼ਰੂਰ ਪੁੱਛੇ ਜਾਣਗੇ ਸੋ ਤੁਸੀਂ ਪੰਜਾਬ ਦੀ ਜਿਹੜੀ 9th ਔਰ 10th ਜਿਹੜੀ ਬੁੱਕ ਹੈ ਨਾ ਪੰਜਾਬ ਬੋਰਡ ਦੀ ਉਹਨਾਂ ਨੂੰ ਤੁਸੀਂ ਪ੍ਰਿਫਰ ਕਰਨਾ ਲੈਂਗੁਏਜ ਦੀ ਬੁੱਕਸ ਦੇ ਲਈ ਇੰਗਲਿਸ਼ ਦੇ ਵਿੱਚ ਵੀ ਤੁਹਾਨੂੰ ਡਿਟਰਮੀਨਰ ਐਕਟਿਵ ਪੈਸਿਵ ਵਾਇਸ ਇਹ ਸਾਰਾ ਕੁਝ ਤੁਹਾਨੂੰ ਤੁਸੀਂ ਡਾਊਨਲੋਡ ਵੀ ਕਰ ਸਕਦੇ ਹੋ ਬੁੱਕਸ 80 ਜੋ ਵੀ ਬੁੱਕਸ ਨੇ ਉਹ ਡਾਊਨਲੋਡ ਤੁਸੀਂ ਕਰ ਸਕਦੇ ਹੋ ਤੇ ਉਹਨਾਂ ਨੂੰ ਤੁਸੀਂ ਪ੍ਰਿੰਟ ਕਢਾ ਕੇ ਉਹਨਾਂ ਦੇ ਪ੍ਰੈਕਟਿਸ ਕਰ ਸਕਦੇ ਹੋ ਉਹਨਾਂ ਦੇ ਵਿੱਚ ਕੁਐਸਚਨ ਐਕਸਰਸਾਈਜ਼ ਦਿੱਤੀ ਹੁੰਦੀਆਂ ਉਹਨਾਂ ਨੂੰ ਨਾਲ ਸੋਲਵ ਕਰ ਲਓ ਲੈਂਗੁਏਜ ਦੀ ਬੁੱਕਸ ਤੁਹਾਨੂੰ ਇਜ਼ੀਲੀ ਮਿਲ ਜਾਏਗੀ ਬਾਕੀ ਤੁਸੀਂ ਇਦਾਂ ਹੈ ਨਾ ਕਨਸੈਪਟ ਪੜੋਗੇ ਜਿਵੇਂ ਕਿ ਡਿਟਰਮੀਨਰਸ ਦਿੱਤੇ ਹੋਏ ਨੇ ਪੰਜਾਬ ਦੀ ਬੁੱਕ ਦੇ ਉੱਤੇ ਠੀਕ ਹੈ ਵਿੱਚ ਐਕਟਿਵ ਪੈਸਿਵ ਦਿੱਤੇ ਹੋਏ ਨੇ ਉੱਥੋਂ ਕਰੋ ਇੱਕ ਵਾਰ ਤੁਸੀਂ ਉਹਨੂੰ ਪੇਪਰ ਦੀ ਕਨਸੈਪਟ ਦੇ ਨਾਲ ਸਮਝਣਾ ਚਾਹੁੰਦੇ ਹੋ ਤੁਸੀਂ ਉਹਨੂੰ YouTube ਤੇ ਜਾਓ ਉੱਥੋਂ ਜਾ ਕੇ ਸਮਝੋ ਫਿਰ ਉਹਨਾਂ ਦੀ ਐਕਸਰਸਾਈਜ਼ ਜਿਹੜੀ ਪਿੱਛੇ ਦਿੱਤੀ ਹੋਈ ਹੈ ਸੋਲਵ ਕਰ ਲਓ ਫਿਰ ਇੱਕ ਤੁਸੀਂ YouTube Google ਦੇ ਉੱਤੇ ਬਹੁਤ ਸਾਰੇ ਇਹ ਟੈਸਟ ਹੁੰਦੇ ਨੇ ਉਹਨਾਂ ਨੂੰ ਇੱਕ ਵਾਰ ਦਾ ਸੋਲਵ ਕਰਕੇ ਦੇਖੋ ਤੁਹਾਨੂੰ ਤੁਹਾਡੀ ਰੈਂਕਿੰਗ ਖੁਦ ਹੀ ਪਤਾ ਚੱਲ ਜਾਏਗੀ ਠੀਕ ਹੈ ਨੈਕਸਟ ਐਗਰੀਕਲਚਰ ਦੀ ਮੈਂ ਗੱਲ ਕਰੂੰਗੀ ਐਗਰੀਕਲਚਰ ਦੇ ਵਿੱਚ ਦੇਖੋ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਇੱਕ ਨਾ ਪੰਜਾਬ ਦੀ ਤੁਸੀਂ ਡਾਊਨਲੋਡ ਕਰ ਲਓ ਉੱਥੋਂ ਦੀ 9th ਕਲਾਸ ਦੀ ਜਾਂ 10th ਕਲਾਸ ਦੀ ਬੁੱਕਸ ਹੈ ਬੁੱਕ ਹੈ ਉਹਦੇ ਵਿੱਚ 88 ਪੇजेस ਨੇ ਟੋਟਲ ਤੁਸੀਂ ਪ੍ਰਿੰਟ ਆਊਟ ਕਰਾ ਕੇ ਉਹਦੀ ਪ੍ਰੈਕਟਿਸ ਕਰ ਲਓ ਨਾਥਿੰਗ ਐਲਸ ਕਰੰਟ ਅਫੇਅਰ ਕਰੋਗੇ ਔਰ ਕਰੰਟ ਅਫੇਅਰ ਦੇ ਵਿੱਚ ਤੁਸੀਂ ਧਿਆਨ ਰੱਖਣਾ ਕਿ ਐਗਰੀਕਲਚਰ ਦੇ ਵਿੱਚ ਕੁਝ ਹੋ ਰਿਹਾ ਹੈ ਤਾਂ ਉਹ ਉਹਨੂੰ ਬਹੁਤ ਧਿਆਨ ਨਾਲ ਪੜ੍ਹਨਾ ਠੀਕ ਹੈ ਔਰ 88 ਪੇजेस ਨੇ ਤੁਸੀਂ ਇਹ ਕਰਕੇ ਜਾਣੇ ਕਿਉਂਕਿ ਐਗਰੀਕਲਚਰ ਵਿੱਚ ਕੁਐਸਚਨ ਬਹੁਤ ਸੋਹਣੇ-ਸੋਹਣੇ ਇਸ ਵਾਰ ਬਣਨਗੇ ਕਿਉਂਕਿ ਜਪਣਾੜਾ ਕੰਸਰਨ ਅੰਦੋਲਨ ਚੱਲ ਰਿਹਾ ਉਸ ਕਰਕੇ ਤਾਂ ਇਹਦੇ ਵਿੱਚ ਹੈ ਕੀ ਕੀ ਹੈ ਵੈਸੇ ਕਿ ਪੰਜਾਬ ਦੇ ਵਿੱਚ ਕਿੱਦਾਂ ਦੀ ਖੇਤੀ ਕੀਤੀ ਜਾਂਦੀ ਹੈ ਬਾਂਗਰ ਖਾਦਰ ਔਰ ਸੋਇਲ ਦੀ ਟਾਈਪਸ ਕਿਵੇਂ ਨੇ ਜਿਵੇਂ ਕਿ ਲਾਲ ਮਿੱਟੀ ਕਾਲੀ ਮਿੱਟੀ ਰੇਗੂਰ ਮਿੱਟੀ ਜਿਹਨੂੰ ਕਹਿੰਦੇ ਨੇ ਇਸ ਤਰ੍ਹਾਂ ਦੀਆਂ ਉਹਦੀ ਸਾਰੀ ਵੈਰਾਈਟੀਆਂ ਕਿਹੜੀ ਖੇਤ ਕਿੱਦਾਂ ਪਾਈ ਜਾਂਦੀ ਹੈ ਕਿਹੜੀ ਮਿੱਟੀ ਦੇ ਵਿੱਚ ਕਿਹੜੀ ਪੈਦਾਵਾਰ ਹੁੰਦੀ ਹੈ ਠੀਕ ਹੈ ਰਬੀਅਰ ਖਰੀਫ ਕ੍ਰੋਪ ਕਿਹੜੀਆਂ ਹੁੰਦੀਆਂ ਨੇ ਕਿਹੜੀ ਕਮਰਸ਼ੀਅਲ ਕ੍ਰੋਪਸ ਹੁੰਦੀਆਂ ਨੇ ਫਿਰ ਉਹਨਾਂ ਨੂੰ ਉਹਨਾਂ ਦੇ ਲਈ ਕਿੱਦਾਂ ਜੋ ਵੀ ਉਹਦੇ ਵਿੱਚ ਸਿਸਟਮ ਹੁੰਦਾ ਤੁਸੀਂ ਸਾਰਾ ਉਹ ਦੇਖ ਕੇ ਜਾਓਗੇ ਨੈਕਸਟ ਫੂਡ ਪ੍ਰੋਸੈਸਿੰਗ ਅੱਜ ਕੱਲ ਬਹੁਤ ਇੰਪੋਰਟੈਂਟ ਟਾਪਿਕ ਬਣ ਗਿਆ ਹੈ ਕਿ ਸੰਭਾਲ ਕਿੱਦਾਂ ਕਰੀਏ ਕਿੱਦਾਂ ਅਗਰ ਉਸ ਤੋਂ ਬਾਅਦ ਹੈ ਇਨਸੈਕਟ ਅਗਰ ਹਾਰਮਫੁਲ ਨਹੀਂ ਪੈਸਿਸਾਈਡ ਪੱਕੇ ਦਾ ਯੂਜ਼ ਕਰਨੇ ਕਿ ਨਹੀਂ ਹੈ ਨਾ ਐਨੀਮਲਸ ਨੂੰ ਕਿੱਦਾਂ ਦਾ ਖਾਣਾ ਖਲਾਈਏ ਨਾਈਟ੍ਰੋਜਨ ਦੀ ਮਾਤਰਾ ਯੂਰੀਆ ਦੇ ਵਿੱਚ ਕਿੰਨੀ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਕੁਐਸਚਨਸ ਬਣਨਗੇ ਔਰ ਅ ਇੰਸਟੀਟਿਊਸ਼ਨ ਕਿਹੜੇ-ਕਿਹੜੇ ਨੇ ਪੰਜਾਬ ਦੇ ਵਿੱਚ ਕਿਹੜੇ ਨੇ ਜਾਂ ਪੰਜਾਬ ਤੋਂ ਬਾਹਰ ਵੀ ਕਿਹੜੇ ਨੇ ਜਿਹੜੇ ਕਿ ਜਿਵੇਂ ਕਿ ਪਸ਼ੂਆਂ ਦਾ ਕਿਹੜਾ ਜਿਵੇਂ ਕਿ ਆਪਣਾ ਵੈਟਰਨਰੀ ਹੈ ਲੁਧਿਆਣਾ ਵਿੱਚ ਐਗਰੀਕਲਚਰ ਯੂਨੀਵਰਸਿਟੀ ਹੈ ਉਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਥੋੜੋ-ਥੋੜੇ ਪੁੱਛੇ ਜਾਣਗੇ ਉਹ ਤੁਸੀਂ ਜਾ ਕੇ ਨਾ ਸਿਚਾਈ ਦਾ ਸਿਸਟਮ ਕਿਹੜੇ ਇਰੀਗੇਸ਼ਨ ਸਿਸਟਮ ਕਿਹੜਾ ਹੈ ਜਿਵੇਂ ਕਿ ਕਿ ਇੱਥੇ ਡ੍ਰਿਪਿੰਗ ਸਿਸਟਮ ਹੈ ਸਪਰਕਰ ਸਿਸਟਮ ਹੈ ਇਹ ਸਾਰਾ ਕੁਝ ਤੁਸੀਂ ਪੜ੍ਹ ਕੇ ਜਾਣਾ ਹੈ ਉਸ ਤੋਂ ਬਾਅਦ ਐਗਰੀਕਲਚਰ ਦਾ ਅੱਜ ਕੀ ਇਕਨੋਮਿਕਸ ਦੇ ਵਿੱਚ ਰੋਲ ਹੈ ਕਿ ਇੰਡੀਆ ਦੇ ਵਿੱਚ ਰੋਲ ਹੈ ਕਿ ਪੰਜਾਬ ਦੇ ਵਿੱਚ ਰੋਲ ਹੈ ਠੀਕ ਹੈ ਔਰ ਐਗਰੋਫਰੇਸਟਰੀ ਦੇ ਉੱਤੇ ਜਿਵੇਂ ਕਿ ਸਰਕਾਰ ਬਹੁਤ ਜ਼ੋਰ ਦੇ ਰਹੀ ਹੈ ਕਿ ਕਿਸ ਖੇਤੀ ਤੋਂ ਇਲਾਵਾ ਕਿਹੜੇ-ਕਿਹੜੇ ਸਿਸਟਮ ਹੁੰਦੇ ਨੇ ਉਹ ਵੀ ਜੁੜੇ ਆ ਜਾਂਦੇ ਨੇ ਮੱਛਲੀ ਪੜਨਾ ਜਿਵੇਂ ਕਿ ਹਨਾ ਪੇਡਾ ਪਾਲਨੀਆ ਜਾਂ ਮੁਰਗੀ ਪਾਲਣ ਇਸ ਤਰ੍ਹਾਂ ਦੇ ਕੰਮ ਹਨਾ ਔਰ ਐਗਰੋ ਬੇਸਡ ਇੰਡਸਟਰੀਜ਼ ਕਿਹੜੀਆਂ ਨੇ ਔਰ ਇਹ ਸਾਰਾ ਕੁਝ ਤੁਸੀਂ ਕਰਕੇ ਜਾਓਗੇ ਤੇ ਤੁਸੀਂ 9th 10th ਦੀ ਬੁੱਕਸ ਵਿੱਚ ਮੈਂ ਤੁਹਾਨੂੰ ਦੱਸਿਆ ਹੈ ਐਗਰੀਕਲਚਰ ਦੀ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਏਗੀ ਤੁਸੀਂ ਉਹਨੂੰ ਜਰੂਰ ਡਾਊਨਲੋਡ ਕਰ ਲਓ ਚਾਹੇ ਜਿੱਦਾਂ ਵੀ ਆ ਪ੍ਰਿੰਟ ਕੱਢਾ ਕੇ ਉਹਨੂੰ ਪੜੋ ਥੋਰੋਲੀ ਪੜੋ ਥੋਰੋਲੀ ਪੜੋ 88 ਪੇजेस नॉट अ ਡਿਫਿਕਲਟ ਟਾਸ ਯੂ ਕੈਨ ਡੂ ਇਟ ਵੈਰੀ ਇਜ਼ੀਲੀ ਐਂਡ ਯੂ ਕੈਨ ਟੇਕ ਦਾ ਹੈਲਪ ਆਫ YouTube ਆਲਸੋ ਥੈਨ ਥੈਨ ਰਹਿ ਗਿਆ ਆਪਣਾ ਇਨਫੋਰਮੇਸ਼ਨ ਟੈਕਨੋਲੋਜੀ ਤੇ ਇਨਫੋਰਮੇਸ਼ਨ ਟੈਕਨੋਲੋਜੀ ਦੇ ਲਈ ਵੀ ਤੁਹਾਨੂੰ YouTube ਦੇ ਉੱਤੇ ਲੈਕਚਰਸ ਮਿਲਣਗੇ નો ਡਾਊਟ ਐਂਡ ਔਰ ਤੁਸੀਂ ਪ੍ਰੀਵੀਅਸ ਇਅਰ ਕੁਐਸਚਨ ਨੂੰ ਸੋਲਵ ਜ਼ਰੂਰ ਕਰੋਗੇ ਔਰ ਇੱਕ ਟਾਪਿਕ ਚੱਕੋ ਪਾ ਮਾ ਤੁਸੀਂ ਉਹਦੇ ਤੇ ਪੀਵੀਆਈ ਜਿਹੜੇ ਵੀ ਪ੍ਰੀਵੀਅਸ ਇਅਰ ਕੁਐਸਚਨ ਨੇ ਕਿਸੇ ਵੀ ਐਗਜ਼ਾਮ ਦੇ ਵਿੱਚ ਨਹੀਂ ਤੁਸੀਂ ਉਹਨਾਂ ਸਾਰਿਆਂ ਨੂੰ ਐਨਲਾਈਜ਼ ਵੀ ਕਰ ਸਕਦੇ ਹੋ ਠੀਕ ਹੈ ਬਾਕੀ ਲੂਸੈਂਟ ਦੀ ਬੁੱਕਾਂ ਦੀ ਇਨਫੋਰਮੇਸ਼ਨ ਟੈਕਨੋਲੋਜੀ ਤੋਂ ਤੁਸੀਂ ਉਹਨੂੰ ਰੈਫਰ ਕਰ ਸਕਦੇ ਹੋ ਓਕੇ ਤੇ ਤੁਸੀਂ ਉਹਨੂੰ ਪੜ੍ਹ ਲਓਗੇ ਨਾ ਇੱਕ ਵਾਰ ਹੋਰ ਤਾਂ ਕਿਤੇ ਭੱਜਣ ਦੀ ਲੋੜ ਹੀ ਨਹੀਂ ਪਹਿਲੀ ਗੱਲ ਤਾਂ ਇਹ ਹੈ ਦੂਜੀ ਗੱਲ ਇਹ ਕਿ ਤੁਸੀਂ ਆ ਜ਼ਰੂਰ ਨਾ ਮੇਰੇ ਹਿਸਾਬ ਨਾਲ ਤੁਸੀਂ ਆਪਣ ਜਿਹੜੀ ਆਪਣਾ ਐਸਈਆਰਟੀ ਬੋਰਡ ਹੈ ਉਹਦੇ ਵਿੱਚ ਜੋ ਵੀ ਜੋ ਵੀ ਹੁੰਦਾ ਹੈ ਉਹ ਚੀਜ਼ਾਂ ਨੂੰ ਇੱਕ ਵਾਰ ਤੁਸੀਂ ਜ਼ਰੂਰ ਨਾ ਨਿਗਾਹ ਮਾਰ ਕੇ ਜਾਈਓ 9th ਸਟੈਂਡਰਡ ਵਿੱਚ ਕੀ ਕੀ ਚੱਲ ਰਿਹਾ ਹੈ ਕਿਉਂਕਿ ਕੁਐਸਚਨ ਹੋਣਾ ਤੁਹਾਨੂੰ ਉੱਥੇ ਹੀ ਪੁੱਛਣੇ ਆ 10th ਹੀ ਬੇਸਿਕ ਹੁੰਦਾ ਹੈ ਉੱਥੋਂ ਦੀ ਹੀ ਕੁਐਸਚਨ ਬੰਦੇ ਨੇ ਤੁਸੀਂ ਪ੍ਰੀਵੀਅਸ ਈਅਰ ਕੁਐਸਚਨ ਕਰਕੇ ਜਾਓਗੇ ਤੁਸੀਂ ਐਸਈਆਰਟੀ ਦੀ ਬੁੱਕਸ ਕਰਜੋ ਉਹ ਜੇ ਤੁਹਾਡੇ ਕੋਲ ਜ਼ਿਆਦਾ ਟਾਈਮ ਹੈ ਤਾਂ ਤੁਸੀਂ ਐਨਸੀਈਆਰਟੀ ਨੂੰ ਪ੍ਰੇਫਰ ਕਰ ਲਓ ਬਾਕੀ ਜਿਹੜੀ ਸਬਜੈਕਟ ਦੀ ਬੁੱਕਸ ਨੇ ਜੇ ਤੁਸੀਂ ਉਹਨਾਂ ਨੂੰ ਕਰ ਲਓਗੇ ਤਾਂ ਤੁਹਾਡਾ ਬੇੜਾ ਪਾਰ ਹੋ ਜਾਏਗਾ ਕੁਐਸਚਨ ਜ਼ਰੂਰ ਸੋਲਵ ਕਰੋ ਠੀਕ ਹੈ ਸਾਰੇ ਸਾਰੇ ਸੋਲਵ ਕਰ ਲਓ ਜੇ ਤੁਹਾਡੇ ਕੋਲ ਟਾਈਮ ਬਚਦਾ ਹੈ ਤੁਹਾਨੂੰ ਇੱਕ ਆਈਡੀਆ ਮਿਲ ਪਹਿਲੇ ਸੋਲਵ ਕਰੋ ਪ੍ਰੀਵੀਅਸイヤー ਕੁਐਸਚਨ ਸੋ ਥੈਟ ਤੁਹਾਨੂੰ ਆਈਡੀਆ ਮਿਲੇ ਪੜਨ ਲੱਗੇ ਕਿ ਹਾਂ ਇਹ ਕੁਐਸਚਨ ਸੀ ਔਰ ਤੁਸੀਂ ਦੇਖੋ ਕਿ ਤੁਹਾਡੇ ਕਿੰਨੇ ਨੰਬਰ ਬਣ ਰਹੇ ਨੇ ਤੁਸੀਂ ਉਹਨਾਂ ਪ੍ਰੀਵੀਅਸイヤー ਕੁਐਸਚਨ ਦੇ ਉੱਤੇ ਕਿੱਥੇ ਸਟੈਂਡ ਕਰਦੇ ਹੋ ਸੋ ਥੈਟ ਕਿ ਤੁਹਾਨੂੰ ਪਤਾ ਲੱਗੇ ਕਿ ਤੁਹਾਡੀ ਜਿਹੜੀ ਨੌਲੇਜ ਹੈ ਉਹ ਕਿੱਥੇ ਸਟੈਂਡ ਕਰਦੀ ਹੈ ਤੇ ਤੁਹਾਨੂੰ ਕਿੰਨੀ ਮਿਹਨਤ ਦੀ ਲੋੜ ਹੈ ਠੀਕ ਹੈ ਪਹਿਲੇ ਪ੍ਰੀਵੀਅਸイヤー ਕੁਐਸਚਨ ਸੋਲਵ ਕਰੋ ਦਨ ਜੀਕੇ ਰੋਜ਼ ਕਰਨੀ ਹੈ ਪਰ ਰੀਜ਼ਨਿੰਗ ਔਰ ਕੁਆਂਟੀਟੇਟਿਵ ਐਬਿਟੀਟਿਊਡ ਜਿਹੜਾ ਹੈ ਉਹ ਤੁਸੀਂ ਰੋਜ਼ ਕਰਨਾ ਹੈ ਉਹਦੇ ਲਈ ਤੁਸੀਂ ਐਸਕੇ ਅਗਰਵਾਲ ਦੀ ਬੁੱਕ ਫੋਲੋ ਕਰ ਸਕਦੇ ਹੋ। ਬੁੱਕਸ ਦੀ ਗੱਲ ਹੋ ਗਈ ਹੈ ਸਟ੍ਰੈਟਜੀ ਦੀ ਗੱਲ ਹੋ ਗਈ ਹੈ ਹੁਣ ਥੋੜੀ ਜਿਹੀ ਮੈਂ ਗੱਲ ਕਰੂੰਗੀ ਕਿ ਇਸ ਤਰ੍ਹਾਂ ਤੁਸੀਂ ਪੇਪਰ ਦੀ ਲਾਸਟ ਦਿਨਾਂ ਵਿੱਚ ਕਿਦਾ ਤਿਆਰੀ ਕਰਨੀ ਹੈ। ਪਹਿਲੀ ਗੱਲ ਤੁਸੀਂ ਐਮਸੀਕਿਊ ਬੇਸਡ ਪੇਪਰ ਰਿਟਰਨ ਹੋਏਗਾ ਤੁਸੀਂ ਓਐਮਆਰ ਸ਼ੀਟ ਦੇ ਗੋਲੇ ਜਿਹੜੇ ਨੇ ਆ ਥੋੜੇ ਦਿਨ ਪਹਿਲੇ ਭਰ ਕੇ ਰੱਖੋ ਕਿਉਂਕਿ ਐਗਜ਼ਾਮ ਦੇ ਟਾਈਮ ਦੇ ਵਿੱਚ ਸਾਡੇ ਦਿਮਾਗ ਦੇ ਵਿੱਚ ਹੌਚ-ਪੋਚ ਹੁੰਦੀ ਹੈ ਔਰ ਆਪਾਂ ਗਲਤ ਆਂਦਾ ਹੋਇਆ ਕੁਐਸਚਨ ਵੀ ਗਲਤ ਈਕਾ ਰਹਿਣੇ ਆ। ਉਸ ਲਈ ਬਚਨ ਦਾ ਇਹ ਤਰੀਕਾ ਹੈ ਕਿ ਤੁਸੀਂ ਜਦੋਂ ਸੋਲਵ ਨਾ ਆਪਣੇ ਆਪ ਹੀ ਇੱਕ ਦੋ ਪੇਪਰਸ ਪੂਰੇ ਮੌਕ ਦੇ ਤਰੀਕੇ ਨਾਲ ਸੋਲਵ ਕਰਕੇ ਦੇਖੋ। ਆ ਚਾਹੇ ਉਹ ਮੈਨ ਸ਼ੀਟ ਕਢਾ ਲਓ, ਨੈਟ ਤੋਂ ਨਿਕਲ ਜਾਂਦੀ ਇੱਕ ਦੋ ਰੁਪਏ ਦੀ, 5 ਰੁਪਏ ਦੀ ਨਿਕਲ ਜਾਏਗਾ ਪੇਜ ਤੁਸੀਂ ਉਹ ਕਢਾ ਕੇ ਕਰ ਲਓ ਪ੍ਰੈਕਟਿਸ ਜਾਂ ਫਿਰ ਤੁਸੀਂ ਖੁਦ ਹੀ ਜੇ ਕੰਫਰਟੇਬਲ ਹੋ ਤਾਂ ਗੋਲੇ ਬਣਾ ਕੇ ਤੁਸੀਂ ਉਹਨੂੰ ਖੁਦ ਪ੍ਰੈਕਟਿਸ ਕਰ ਲਓ ਤਾਂ ਕਿ ਤੁਹਾਨੂੰ ਉੱਥੇ ਜਾ ਕੇ ਐਕਿਊਰੇਸੀ ਰਹੇ ਤੁਹਾਡੇ ਗੋਲੇ ਪਰੰਤੇ। ਦੂਜੀ ਗੱਲ ਤੁਸੀਂ ਕੁਐਸਚਨ ਬਹੁਤ ਧਿਆਨ ਨਾਲ ਪੜ੍ਹਨਾ ਹੈ ਕਿਉਂਕਿ ਤੁਹਾਡੇ ਅਗਰ ਇੱਕ ਚਾਰ ਕੁਐਸਚਨ ਗਲਤ ਤੁਸੀਂ ਪਮਾਰ ਕਰਦੇ ਤੁਹਾਡਾ ਇੱਕ ਜਿਹੜਾ ਸਹੀ ਸੀ ਉਹ ਨੰਬਰ ਵੀ ਕੱਟਿਆ ਜਾਏਗਾ ਸੋ ਤੁਸੀਂ ਉਹਨੂੰ ਵੀ ਬਹੁਤ ਧਿਆਨ ਨਾਲ ਫਿਲ ਕਰਨਾ ਹੈ ਸੋ ਥਿਸ ਇਜ਼ 올 ਫਰ ਮਾਈ ਸਾਈਟ ਐਂਡ ਆਪਣੀ ਪ੍ਰੈਪਰੇਸ਼ਨ ਨੂੰ ਬਹੁਤ ਵਧੀਆ ਤਰੀਕੇ ਨਾਲ ਟਾਈਮ ਮੈਨੇਜਮੈਂਟ ਕਰਕੇ ਫੇਰ ਪੜੋ ਜੇ ਤੁਹਾਡੇ ਕੋਲ 4 ਘੰਟੇ ਦਾ ਵੀ ਟਾਈਮ ਹੈ ਤੁਸੀਂ ਇਹਨੂੰ ਸਿਲੇਬਸ ਕਵਰ ਕਰਨਾ ਹੈ ਇਹ ਨਹੀਂ ਕਿ ਸਾਰਾ ਸਿਲੇਬਸ ਕਵਰ ਕਰਨਾ ਤੇ ਪਿਛਲਾ ਕੁਝ ਸਮਝ ਨਹੀਂ ਆ ਰਿਹਾ ਤਾਂ ਰਿਵੀਜ਼ਨ ਇਜ਼ ਮਸਟ ਰੀਵੀਜ਼ਨ ਲੈ ਕੇ ਚੱਲਣੀ ਹੈ ਔਰ ਕੰਟੀਨਿਊ ਜਿਹੜੀ ਕੰਟੀਨਿਉਟੀ ਹੈ ਉਹ ਜਾਰੀ ਰੱਖਣੀ ਹੈ ਸੋ ਥੈਟ ਕੀ ਤੁਹਾਡੇ ਵਧੀਆ ਸਕੋਰ ਕਰੋ ਤੇ थैंक यू एवरीवन फॉर वाचिंग दिस ਵੀਡੀਓ ਟਿਲ ધ ਐਂਡ ਐਂਡ ਅਗਰ ਤੁਸੀਂ ਕੋਈ ਹੈਲਪ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ थैंक यू एवरीवन